ਚਲੋ ਦੋਸਤੋ, ਇਹ ਅੱਜ ਜਿਹੜੀ ਆਪਣੀ ਵੀਡੀਓ ਬਣ ਰਹੀ ਹੈ ਉਹ ਆਰ ਐਕਸ ਦੀ ਕਿੱਕ ਦੇ ਉੱਤੇ ਬਣ ਰਹੀ ਹੈ, ਕਿਉਂਕਿ ਆਰ ਐਕਸ ਦੇ ਦੋਨੋਂ ਸਪਰਿੰਗ ਮਤਲਬ ਕਿ ਵਾਰ ਵਾਰ ਨਿਕਲੀ ਜਾਂਦੇ। ਬਹੁਤ ਸਾਰੇ ਫਰੈਂਡਸ ਨੂੰ ਇਹ ਪ੍ਰੋਬਲਮ ਆ ਰਹੀ ਹੈ, ਜਾਂ ਜਿਹਨੇ ਬਾਈਕ ਰੱਖਿਆ ਹੋਇਆ ਉਹਨਾਂ ਨੇ ਕਾਫੀ ਦੇਖਿਆ ਵੀ ਕਾਫੀ ਟਾਈਮ ਮਤਲਬ ਕਿ ਥੋੜ੍ਹੇ ਟਾਈਮ ਬਾਅਦ ਇਹ ਕਿੱਕ ਜਾਂ ਸਪਰਿੰਗ ਨਿਕਲ ਜਾਂਦਾ ਜਾਂ ਟੁੱਟ ਜਾਂਦਾ ਹੈ, ਵਾਰ ਵਾਰ ਮਤਲਬ ਕਿ ਇਹਦੀ ਰਿਪੇਅਰਿੰਗ ਕਰਾਉਣੀ ਪੈਂਦੀ ਹੈ। ਅਤੇ ਆਪਾਂ ਇਹਦਾ ਪਰਮਾਨੈਂਟ ਸਲਿਊਸ਼ਨ ਲੱਭ ਲਿਆ ਹੈ, ਅਤੇ ਉਹ ਮੈਂ ਪਹਿਲਾਂ ਵੀ ਵੈਸੇ ਇੱਕ ਵੀਡੀਓ ਬਣਾਈ ਹੋਈ ਹੈ ਕਿੱਕ ਦੇ ਰਿਲੇਟਡ, ਉਹ ਵੀ ਯੂਟਿਊਬ 'ਤੇ ਰਿੰਕੂ ਜਾਮਾ ਕਿੰਗ ਦੇ ਚੈਨਲ 'ਤੇ ਹੈਗੀ ਹੈ। ਅਤੇ ਇਹ ਵੀਡੀਓ ਮੈਂ ਮਤਲਬ ਕਿ ਉਸ ਵੀਡੀਓ ਦੇ ਵਿੱਚ ਕਿਹਾ ਸੀ ਮੈਂ ਵਾਸ਼ਲ ਅਤੇ ਬੁਸ਼ ਮਤਲਬ ਕਿ ਦਿਖਾਊਂਗਾ ਤੁਹਾਨੂੰ ਬਣਾ ਕੇ, ਅਤੇ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਦੇਖੋ ਜਿਹੜੇ ਮੇਨ ਆਹੀ ਦੋ ਸਪਰਿੰਗ ਹੁੰਦੇ ਆ, ਜਾਂ ਇਹ ਸਪਰਿੰਗ ਇਸ ਜਗ੍ਹਾ ਤੋਂ ਨਿਕਲਦਾ, ਸਭ ਤੋਂ ਪਹਿਲਾਂ ਇਸ ਸਪਰਿੰਗ ਦਾ ਆਪਾਂ ਸਲਿਊਸ਼ਨ ਕਰਾਂਗੇ, ਠੀਕ ਹੈ। ਇਸ ਜਗ੍ਹਾ ਤੋਂ ਇਸ ਜਗ੍ਹਾ ਦੇ ਵਿੱਚ ਮੈਂ ਪਹਿਲਾਂ ਵੈਸੇ ਥਰੈਡ ਪਾ ਚੁੱਕੇ ਹਾਂ, ਅਤੇ ਜੇ ਕੋਈ ਮਤਲਬ ਕਿ ਕਸਟਮਰ ਆਪਣੇ ਤੋਂ ਲਊਗਾ ਮੈਂ ਇਹਨੂੰ ਦੱਸ ਦੂੰਗਾ ਵੀ ਕਿਹੜੀ ਥਰੈਡ ਪੈਣੀ ਹੈ, ਕਿਹੜਾ ਇਹਦੇ 'ਚ ਮਤਲਬ ਕਿ ਉਹ ਲੱਗੂਗਾ। ਅਤੇ ਆਹ ਦੇਖ ਸਕਦੇ ਹਾਂ ਤੁਸੀਂ, ਆਪਾਂ ਇਹਦੇ 'ਚ ਥਰੈਡ ਪਾ ਲਈ ਪਹਿਲਾਂ ਵੀ ਕਿੰਨੀ ਡੀਪ ਥਰੈਡ ਪੈਣੀ ਹੈ ਅਤੇ ਕਿਹੜਾ ਡਰਿੱਲ ਵੱਜ ਕੇ ਇਹਦੇ 'ਚ ਥਰੈਡ ਪਊਗੀ, ਠੀਕ ਹੈ। ਅਤੇ ਇਹ ਆਪਾਂ ਵਿੱਚ ਕਰ ਲਿਆ, ਅਤੇ ਇਹ ਆਪਾਂ ਉਹ ਜਿਹੜਾ ਬੁਸ਼ ਜਿਹੜਾ ਬਣਾਇਆ ਹੋਇਆ ਆਹ ਦੇਖ ਸਕਦੇ ਹੋ ਤੁਸੀਂ, ਅਤੇ ਇਹ ਆਪਾਂ ਇਹਦੇ ਵਿੱਚ ਇੰਸਟਾਲ ਕਰਤਾ, ਠੀਕ ਹੈ। ਇਹ ਸਪਰਿੰਗ ਹੁਣ ਜਿਹੜਾ ਇੱਥੋਂ ਇਹ ਕਦੇ ਨਹੀਂ ਨਿਕਲਣਾ, ਇਹ ਇੱਥੋਂ ਬਿਲਕੁਲ ਬਿਲਕੁਲ ਨਹੀਂ ਨਿਕਲੂਗਾ, ਕਿਉਂਕਿ ਸਪਰਿੰਗ ਇੱਦਾਂ ਸਲਿਪ ਕਰ ਜਾਂਦਾ ਸੀ, ਇੱਦਾਂ ਨਿਕਲ ਜਾਂਦਾ ਸੀ। ਇਹ ਆਪਾਂ ਪਰਮਾਨੈਂਟ ਇੱਥੇ ਸਲਿਊਸ਼ਨ ਕਰਤਾ। ਇਹ ਸਪਰਿੰਗ ਜਿਹੜਾ ਹੈਗਾ ਵੀ ਟੁੱਟ ਗਿਆ ਤਾਂ ਅਲੱਗ ਚੀਜ਼ ਹੈ, ਮਤਲਬ ਕਿ ਇਹ ਨਿਕਲਿਆ ਹੋਇਆ ਨਹੀਂ ਮਿਲੂਗਾ ਤੁਹਾਨੂੰ ਜਿਹੜੀ ਮੈਂ ਜਿਹੜੀ ਸਲਿਊਸ਼ਨ ਕੀਤਾ। ਦੂਸਰਾ ਹੈਗਾ ਇਹ ਸਲਿਊਸ਼ਨ ਇਸ ਸਪਰਿੰਗ ਦਾ, ਕਿਉਂਕਿ ਇਹ ਸਪਰਿੰਗ ਵੀ ਆਪਣਾ ਨਿਕਲ ਜਾਂਦਾ ਹੈ, ਠੀਕ ਹੈ। ਅਤੇ ਇਹਦੇ ਲਈ ਆਪਾਂ ਸਪੈਸ਼ਲ ਇੱਕ ਵਾਸ਼ਲ ਬਣਾਈ ਹੈ, ਉਹ ਵਾਸ਼ਲ ਆਪਾਂ ਆਪਣੇ ਨਾਮ ਦੀ ਬ੍ਰਾਂਡਿੰਗ ਵੀ ਕਰੀ ਰਿੰਕੂ ਜਾਮਾ ਕਿੰਗ ਦੇ ਨਾਮ ਦੀ ਇਹਦੇ 'ਤੇ, ਅਤੇ ਉਹ ਹੁਣ ਆਪਾਂ ਇੰਸਟਾਲ ਕਰਕੇ ਦਿਖਾਉਣੇ ਜਿਹੜੀ ਚੀਜ਼ ਆ ਵਾਸ਼ਲ ਆਪਾਂ ਬਣਾਈ ਹੈ। ਅਤੇ ਉਹ ਆਪਾਂ ਇਹ ਵੀ ਇਹਦੇ 'ਚ ਤੁਹਾਨੂੰ ਕੋਈ ਵੀ ਜਿਹੜੀ ਚੀਜ਼ ਹੈ ਜਿਵੇਂ ਕੋਈ ਮੋਡੀਫਿਕੇਸ਼ਨ ਨਹੀਂ ਕਰਨੀ ਪਊਗੀ ਇੱਥੇ ਇਸ ਸ਼ਾਵਟ ਦੇ ਅੰਦਰ ਜੋ ਵੀ ਮੈਂ ਇਹਦੇ ਲਈ ਬਣਾਇਆ, ਸਿਰਫ ਮੋਡੀਫਿਕੇਸ਼ਨ ਜਿਹੜੀ ਕਰਨੀ ਪਊਗੀ ਇੱਥੇ ਹੀ ਹੈ ਵੀ ਇੱਕ ਆਪਾਂ ਨੂੰ ਥਰੈਡ ਪਾਉਣੀ ਪਊਗੀ। ਜਿਹੜੀ ਵਾਸ਼ਲ ਮੈਂ ਬਣਾਈ ਹੈ ਉਹ ਡਾਇਰੈਕਟ ਫਿੱਟ ਬਣਾਈ ਹੈ, ਵਾਸ਼ਲ ਜਿਹੜੀ ਆ ਵਾਸ਼ਲ ਆ ਡਾਇਰੈਕਟ ਫਿੱਟ ਬਣਾਈ ਹੈ, ਅਤੇ ਇਹ ਆਪਾਂ ਹੁਣ ਉਹ ਵਾਸ਼ਲ ਪਾ ਚੁੱਕੇ ਹਾਂ, ਠੀਕ ਹੈ। ਮੈਂ ਪਹਿਲਾਂ ਵੀਡੀਓ ਦੇ ਵਿੱਚ ਇੱਕ 'ਚ ਦੱਸਿਆ ਹੋਇਆ ਸੀ ਵੀ ਵਾਸ਼ਲ ਮੈਂ ਬਣਾ ਰਿਹਾ। ਆਹ ਲਓ ਆਹ ਜਿਹੜੀ ਕਿੱਕ ਹੈ ਹੁਣ ਇਹ ਲਾਈਫ ਟਾਈਮ ਵਰਕ ਕਰੂਗੀ, ਕਦੇ ਵੀ ਇਹਦੀ ਆਹ ਆਲੇ ਆਪਣਾ ਪਿੱਛੇ ਵਾਲਾ ਲੋਕ ਇਹ ਨਹੀਂ ਨਿਕਲ ਸਕਦਾ ਨਾ ਇਹ ਨਿਕਲ ਸਕਦਾ। ਹਾਂ ਅਦਰਵਾਈਜ਼ ਟੁੱਟ ਗਿਆ ਤਾਂ ਇਹ ਆਪਣੀ ਕਿੱਕ ਖਰਾਬ ਹੋ ਸਕਦੀ ਹੈ। ਅਤੇ ਜਿਹੜੀ ਵਾਸ਼ਲ ਹੈ ਉਹ ਵੀ ਆਪਣੀ ਸਪੈਸ਼ਲ ਬਣਾਈ ਆਪਾਂ, ਵੀ ਕੋਈ ਇਹ ਨਹੀਂ ਹੈਗਾ ਵੀ ਜਲਦੀ ਟੁੱਟ ਜੂਗੀ ਜਲਦੀ ਖਰਾਬ ਹੋ ਜੂਗੀ, ਨਹੀਂ ਉਹ ਸਪੈਸ਼ਲ ਮਟੀਰੀਅਲ ਦੀ ਹੈ, ਨਾ ਇਹ ਚੀਜ਼ ਖਰਾਬ ਹੋਵੇ ਨਾ ਇਹ ਚੀਜ਼ ਖਰਾਬ ਹੋਵੇ, ਇਸ ਦੇ ਨਾਲ ਤੁਹਾਡੀ ਕਿੱਕ ਕਾਫੀ ਲੰਬਾ ਟਾਈਮ ਤੱਕ ਚੱਲੂਗੀ। ਇਹ ਹੈ ਵੀ ਸਪਰਿੰਗ ਨਹੀਂ ਨਿਕਲ ਸਕਦਾ ਜਿਹੜੀ ਚੀਜ਼ ਮੈਂ ਬਣਾਈ ਹੈ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਅਤੇ ਮੇਰਾ ਚੈਨਲ ਰਿੰਕੂ ਜਾਮਾ ਕਿੰਗ ਜ਼ਰੂਰ ਫੋਲੋ ਕਰੋ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।